ਹਾਂਜੀ, ਕੀ ਹਾਲ ਚਾਲ ਨੇ ਭਰਾਵੋ। ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ, ਇੱਕ ਦਰਦ ਭਰੀ ਕਹਾਣੀ ਲੈ ਕੇ। ਇੱਕ ਪੁੱਤ ਆਪਦੇ ਪਿਓ ਨਾਲ ਕੀ ਚਾਲ ਖੇਡਦਾ, ਇੱਕ ਨੂੰਹ ਨੇ ਆਪਦੇ ਸਹੁਰੇ ਨਾਲ ਕੀ ਕੀਤਾ, ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਬਾਪੂ ਦੀ ਉਮਰ ਇਸ ਟਾਈਮ 'ਤੇ ਲਗਭਗ 60-65 ਸਾਲ ਦੀ ਹੋਈ ਪਈ ਆ। ਜਦੋਂ ਬਾਪੂ ਜੀ ਜਵਾਨ ਸੀਗੇ ਉਸ ਟਾਈਮ 'ਤੇ ਉਹ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਸੀਗੇ ਅਤੇ 6 ਕੁ ਕਿੱਲੇ ਬਾਪੂ ਕੋਲ ਆਪਦੇ ਘਰ ਦੀ ਜ਼ਮੀਨ ਸੀਗੀ। ਚਲੋ ਜੀ, ਬਾਪੂ ਜੀ ਦਾ ਵਿਆਹ ਹੋ ਜਾਂਦਾ, ਵਿਆਹ ਤੋਂ ਬਾਅਦ ਇੱਕ ਬੇਟੀ ਜਨਮ ਲੈਂਦੀ ਆ ਅਤੇ ਇੱਕ ਬੇਟਾ ਜਨਮ ਲੈਂਦਾ। ਬਾਪੂ ਨੇ ਆਪਦੀ ਔਲਾਦ ਨੂੰ ਬੜੇ ਰੀਝਾਂ ਬੜੇ ਚਾਵਾਂ ਨਾਲ ਪਾਲਿਆ, ਜਿਵੇਂ ਕਿ ਹਰ ਇੱਕ ਪਿਓ ਆਪਦੀ ਔਲਾਦ ਨੂੰ ਰੀਝਾਂ ਦੇ ਚਾਵਾਂ ਨਾਲ ਪਾਲਦਾ। ਚਲੋ ਜੀ, ਬਾਪੂ ਨੇ ਮਿਹਨਤ ਕਰ ਕਰਕੇ, ਕਿਉਂਕਿ ਸਰਕਾਰੀ ਮੁਲਾਜ਼ਮ ਸੀਗਾ, ਮਿਹਨਤ ਕਰ ਕਰਕੇ 6 ਕਿੱਲਿਆਂ ਤੋਂ 10 ਕਿੱਲੇ ਜ਼ਮੀਨ ਦੇ ਬਣਾ ਲਏ। ਆਪਦੇ ਜਵਾਕਾਂ ਨੂੰ ਬਹੁਤ ਵਧੀਆ ਸਕੂਲਾਂ 'ਚ ਪੜ੍ਹਾਇਆ ਲਿਖਾਇਆ। ਉਸ ਤੋਂ ਬਾਅਦ ਜਿਹੜੀ ਬਾਪੂ ਜੀ ਦੀ ਬੇਟੀ ਸੀਗੀ ਉਹ ਕਿਸੇ ਨੌਕਰੀ 'ਤੇ ਲੱਗ ਜਾਂਦੀ ਆ ਅਤੇ ਨੇੜਲੇ ਪਿੰਡ 'ਚ ਉਹਦਾ ਵਿਆਹ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਪੁੱਤ ਹੁੰਦਾ ਬਾਪੂ ਉਹਦਾ ਵਿਆਹ ਕਰ ਦਿੰਦਾ ਅਤੇ ਜਿਹੜਾ ਪੁੱਤ ਹੁੰਦਾ ਉਹ 1.5 ਕੁ ਸਾਲ ਬਾਅਦ ਲਗਭਗ ਕੈਨੇਡਾ ਦੇ ਵਿੱਚ ਚਲਾ ਜਾਂਦਾ, ਉੱਧਰ ਜਾ ਕੇ ਰਹਿਣ ਲੱਗ ਜਾਂਦਾ ਅਤੇ 6 ਕੁ ਸਾਲਾਂ ਬਾਅਦ ਉਹ ਕੈਨੇਡਾ ਦੇ ਵਿੱਚ ਜਾ ਕੇ PR ਹੁੰਦਾ। ਜਦੋਂ ਪੁੱਤ ਨੂੰ ਗਏ ਨੂੰ 4 ਕੁ ਸਾਲ ਹੋਏ ਹੁੰਦੇ ਆ, ਉਸ ਟਾਈਮ 'ਤੇ ਜਿਹੜੀ ਬਾਪੂ ਦੀ ਘਰ ਵਾਲੀ ਬੇਬੇ ਹੁੰਦੀ ਆ ਉਹ ਚੜ੍ਹਾਈ ਕਰ ਜਾਂਦੀ ਆ। ਘਰ ਵਾਲੀ ਦੇ ਜਾਣ ਤੋਂ ਬਾਅਦ ਬਾਪੂ ਘਰ ਦੇ ਵਿੱਚ ਇਕੱਲਾ ਰਹਿ ਜਾਂਦਾ, ਕੋਈ ਰੋਟੀ ਪਕਾਉਣ ਵਾਲਾ ਨਹੀਂ ਹੁੰਦਾ, ਕੋਈ ਦੇਖਭਾਲ ਕਰਨ ਵਾਲਾ ਨਹੀਂ ਹੁੰਦਾ। ਤਾਂ ਫਿਰ ਜਿਹੜੀ ਧੀ ਹੁੰਦੀ ਆ ਨੇੜੇ ਦੇ ਪਿੰਡ ਵਿਆਹੀ ਹੁੰਦੀ ਆ, ਉਹ ਕੀ ਕਰਦੀ ਆ, ਉਹ ਕਹਿੰਦੀ ਬਾਪੂ ਜੀ ਵੀ ਤੁਸੀਂ ਸਾਡੇ ਕੋਲ ਚੱਲੋ, ਕਿਉਂਕਿ ਜਿਹੜਾ ਜਵਾਈ ਸੀਗਾ ਉਹ ਵੀ ਬਹੁਤ ਚੰਗਾ ਸੀਗਾ। ਉਹ ਕਹਿੰਦਾ ਵੀ ਬਾਪੂ ਜੀ ਸਾਡੇ ਕੋਲ ਰਹਿਣ ਲੱਗ ਜਾ, ਵੀ ਇੱਥੇ ਤੈਨੂੰ ਰੋਟੀ ਪਾਣੀ ਕੌਣ ਪਕਾ ਕੇ ਦਿਆ ਕਰੂਗਾ, ਵੀ ਘਰੇ ਤੂੰ ਇਕੱਲਾ ਹੈਗਾ ਹੈ ਨਾ, ਵੀ ਬਜ਼ੁਰਗ ਹੋਇਆ ਪਿਆ ਵੀ ਸਾਡੇ ਨਾਲ ਚੱਲ। ਚਲੋ ਜੀ, ਜਵਾਈ ਸਹੁਰੇ ਨੂੰ ਆਪਦੇ ਘਰ ਲੈ ਜਾਂਦਾ, ਉੱਥੇ ਬਾਪੂ ਜੀ ਦੇਖਭਾਲ ਸ਼ੁਰੂ ਹੋ ਜਾਂਦੀ ਆ, ਕਿਉਂਕਿ ਤੁਹਾਨੂੰ ਪਤਾ ਧੀਆਂ ਆਪਦੇ ਪਿਓ ਦਾ ਬਹੁਤ ਕਰਦੀਆਂ ਹੁੰਦੀਆਂ ਨੇ। ਜਿਹੜਾ ਪੁੱਤ ਹੁੰਦਾ ਉਹ ਜਦੋਂ PR ਹੋ ਕੇ ਉਧਰੋਂ ਮੁੜਦਾ ਇੱਧਰ ਆਉਂਦਾ ਤਾਂ ਉਹ ਦੇਖਦਾ ਵੀ ਜਿਹੜਾ ਮੇਰਾ ਪਿਓ ਆ ਉਹ ਮੇਰੀ ਭੈਣ ਦੇ ਕੋਲ ਰਹਿ ਰਿਹਾ। ਰੱਬ ਜਾਣੇ ਉਹਦੇ ਦਿਲ 'ਚ ਕੀ ਗੱਲ ਆਈ ਕੀ ਨਹੀਂ ਗੱਲ ਆਈ, ਇਹ ਕਿਸੇ ਨੂੰ ਨਹੀਂ ਪਤਾ। ਇੱਥੋਂ ਸਭ ਕੁਝ ਦੇਖਣ ਤੋਂ ਬਾਅਦ ਉਹ ਇਹ ਗੱਲ ਕਹਿੰਦਾ ਵੀ ਤੁਸੀਂ ਬਾਪੂ ਜੀ ਦਾ ਪਾਸਪੋਰਟ ਬਣਾਓ, ਅਸੀਂ ਬਾਪੂ ਜੀ ਨੂੰ ਉੱਧਰ ਲੈ ਕੇ ਜਾਣਾ ਕਿ ਇਹਦੇ ਪੋਤੀਆਂ ਪੋਤੇ ਨਾਲ ਕੋਲ ਰੱਖਾਂਗੇ, ਇਹਦੇ ਪੋਤੀਆਂ ਪੋਤੇ ਨਾਲ ਇਹਨਾਂ ਦਾ ਆਪਸ ਮੋਹ ਪਿਆਰ ਪੈ ਜਾਊਗਾ, ਹੈ ਨਾ। ਤਾਂ ਬਾਪੂ ਵਿਚਾਰਾ ਬੜਾ ਖੁਸ਼ ਹੋ ਗਿਆ ਗੱਲ ਸੁਣ ਕੇ ਵੀ ਹਾਂ ਵੀ ਠੀਕ ਆ ਵੀ ਮੈਂ ਆਪਦੇ ਪੋਤੀਆਂ ਪੋਤੇ ਕੋਲ ਜਾਊਂਗਾ। ਚਲੋ ਜੀ, ਜਿਹੜੀ ਭੈਣ ਹੁੰਦੀ ਆ ਉਹ ਬਾਪੂ ਜੀ ਦਾ ਪਾਸਪੋਰਟ ਅਪਲਾਈ ਕਰ ਦਿੰਦੀ ਆ ਅਤੇ ਜਿਹੜਾ ਬਾਪੂ ਜੀ ਦਾ ਪੁੱਤ ਹੁੰਦਾ ਅਤੇ ਨੂੰਹ ਹੁੰਦੀ ਉਹ ਵਾਪਸ ਫਿਰ ਕੈਨੇਡਾ ਚਲੇ ਜਾਂਦੇ ਆ। ਪਾਸਪੋਰਟ ਬਣਾਉਣ ਤੋਂ ਬਾਅਦ ਬਾਪੂ ਜੀ ਦਾ ਵਿਜ਼ਟਰ ਵੀਜ਼ਾ ਲੱਗ ਜਾਂਦਾ ਅਤੇ ਬਾਪੂ ਜੀ ਕੈਨੇਡਾ ਆਪਦੇ ਪੁੱਤ ਅਤੇ ਨੂੰਹ ਕੋਲ ਪਹੁੰਚ ਜਾਂਦੇ ਆ, ਪੋਤੀਆਂ ਪੋਤਿਆਂ ਕੋਲ ਪਹੁੰਚ ਜਾਂਦੇ ਆ। ਜਦੋਂ ਬਾਪੂ ਜੀ ਉੱਥੇ ਪਹੁੰਚਦੇ ਆ ਬਾਪੂ ਜੀ ਦੀ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਜਾਂਦਾ, ਬੜੀ ਸੇਵਾ ਕੀਤੀ ਜਾਂਦੀ ਆ, ਸਾਰਾ ਕੁਝ ਬਾਪੂ ਜੀ ਦਾ ਪੂਰਾ ਵਧੀਆ ਤਰੀਕੇ ਨਾਲ ਕੀਤਾ ਜਾਂਦਾ। ਤਾਂ ਉੱਥੇ ਪੋਤੀਆਂ ਪੋਤੇ ਨੂੰ ਬਾਪੂ ਬੜਾ ਖੁਸ਼ ਹੁੰਦਾ, ਬਾਪੂ ਨੇ ਲੱਗਦਾ ਵੀ ਜ਼ਿੰਦਗੀ ਹੁਣ ਸਵਰਗ ਬਣ ਗਈ। ਤਾਂ ਇੱਕ ਦਿਨ ਨੂੰਹ ਆਪਦੇ ਸਹੁਰੇ ਕੋਲ ਬੈਠ ਕੇ ਕਹਿੰਦੀ ਹੈ ਵੀ ਬਾਪੂ ਜੀ ਵੀ ਆਪਾਂ ਹੁਣ ਘਰ ਲੈਣਾ, ਵੀ ਕਿਰਾਏ 'ਤੇ ਰਹਿੰਦੇ ਉਹਨੂੰ ਬੜੇ ਸਾਲ ਹੋ ਗਏ ਵੀ ਆਪਾਂ ਘਰ ਲਈਏ। ਤਾਂ ਨੂੰਹ ਨੂੰ ਸਹੁਰਾ ਕਹਿੰਦਾ ਵੀ ਧੀਏ ਕੋਈ ਗੱਲ ਨਹੀਂ ਤੁਸੀਂ ਘਰ ਲੈ ਲਓ, ਹੈ ਨਾ। ਤਾਂ ਜਿਹੜਾ ਕੋਲ ਪੁੱਤ ਬੈਠਾ ਹੁੰਦਾ ਪੁੱਤ ਕਹਿੰਦਾ ਵੀ ਡੈਡੀ ਘਰ ਇਸ ਤਰ੍ਹਾਂ ਨਹੀਂ ਲਿਆ ਜਾਣਾ, ਵੀ ਘਰ ਲੈਣ ਲਈ ਆਪਾਂ ਨੂੰ ਪੈਸੇ ਚਾਹੀਦੇ ਆ, ਵੀ ਜਿਹੜੀ ਪਿੰਡ ਵਾਲੀ ਜ਼ਮੀਨ ਆ ਆਪਾਂ ਨੂੰ ਉਹ ਵੇਚਣੀ ਪਊਗੀ। ਬਾਪੂ ਇੱਕ ਵਾਰੀ ਨਾਂਹ ਕਰ ਦਿੰਦਾ ਵੀ ਨਹੀਂ ਪੁੱਤ ਆਪਾਂ ਜ਼ਮੀਨ ਨਹੀਂ ਵੇਚਣੀ, ਵੀ ਆਪਾਂ ਜ਼ਮੀਨ ਮਸਾਂ ਬਣਾਈ ਆ ਮਰ ਕੇ, ਵੀ ਆਪਾਂ ਜ਼ਮੀਨ ਕਿਉਂ ਵੇਚੀਏ। ਤਾਂ ਨੂੰਹ ਕਹਿੰਦੀ ਆ ਵੀ ਬਾਪੂ ਜੀ ਆਪਾਂ ਤਾਂ ਇੱਥੇ ਰਹਿਣਾ, ਤੁਹਾਡੇ ਪੋਤੀਆਂ ਪੋਤੇ ਵੀ ਇੱਥੇ ਆ, ਤੁਹਾਡਾ ਪੁੱਤ ਵੀ ਇੱਥੇ ਆ, ਮੈਂ ਵੀ ਇੱਥੇ ਆ, ਤੁਸੀਂ ਵੀ ਹੁਣ ਇੱਥੇ ਆ ਗਏ, ਵੀ ਆਪਣਾ ਪਿੰਡ ਰੱਖਿਆ ਵੀ ਕੀ ਹੈ, ਵੀ ਜ਼ਮੀਨ ਤਾਂ ਲੋਕਾਂ ਨੇ ਨੱਪਣੀ ਆ, ਹੈ ਨਾ। ਵੀ ਤੁਸੀਂ ਐਂ ਕਰੀਏ ਆਪਾਂ ਜ਼ਮੀਨ ਵੇਚ ਦਈਏ, ਜ਼ਮੀਨ ਵੇਚ ਕੇ ਆਪਾਂ ਇੱਧਰ ਆਪਦਾ ਘਰ ਲੈ ਲਾਂਗੇ, ਵੀ ਤੁਸੀਂ ਤਾਂ ਸਾਡੇ ਕੋਲ ਰਹਿਣਾ। ਚਲੋ ਜੀ, ਬਾਪੂ 'ਤੇ ਜ਼ੋਰ ਪਾਉਂਦੇ ਆ ਅਤੇ ਬਾਪੂ ਮੰਨ ਜਾਂਦਾ ਵੀ ਠੀਕ ਆ ਵੀ ਆਪਾਂ ਜ਼ਮੀਨ ਵੇਚ ਦਿੰਦੇ ਹਾਂ, ਕਿਉਂਕਿ ਜ਼ਮੀਨ ਸਾਰੀ ਬਾਪੂ ਦੇ ਨਾਂ ਸੀਗੀ। ਚਲੋ ਜੀ, ਉੱਧਰੋਂ ਫਿਰ ਮੁੰਡਾ ਫੋਨ ਕਰਦਾ ਇੱਧਰ ਆਪਦੀ ਭੈਣ ਨੂੰ ਵੀ ਅਸੀਂ ਜ਼ਮੀਨ ਵੇਚਣੀ ਆ, ਵੀ ਤੁਸੀਂ ਡੀਲਰਾਂ ਕੋਲ ਜ਼ਮੀਨ ਲਿਖਵਾ ਦਿਓ। ਚਲੋ ਜੀ, ਜਿਹੜਾ ਜਵਾਈ ਹੁੰਦਾ ਉਹ ਡੀਲਰਾਂ ਡੁੱਲਰਾਂ ਨੂੰ ਕਹਿ ਦਿੰਦਾ ਵੀ ਜ਼ਮੀਨ ਵਿਕਾਊਗਾ। ਮਹੀਨੇ 1.5 ਸੌਦਾ ਹੋ ਜਾਂਦਾ,
ਸਭ ਤੋਂ ਬਾਅਦ ਸਾਈ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਪੁੱਤ ਹੁੰਦਾ ਉਹ ਆਪਦੇ ਪਿਓ ਨੂੰ ਲੈ ਕੇ ਇੱਧਰ ਆਉਂਦਾ ਆ, ਇੱਧਰ ਆ ਕੇ ਸਾਰੀ ਜ਼ਮੀਨ ਵੇਚ ਕੇ ਅਤੇ ਸਾਰਾ ਪੈਸਾ ਕੈਨੇਡਾ ਦੇ ਵਿੱਚ ਲੈ ਜਾਂਦੇ ਆ। ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਦੇਖੋ ਕੀ ਹੁੰਦਾ, ਜਦੋਂ ਜ਼ਮੀਨ ਦਾ ਵਿਕ ਜਾਂਦੀ ਆ, ਪੈਸਾ ਉੱਧਰਲੇ ਅਕਾਊਂਟਾਂ ਦੇ ਵਿੱਚ ਪੈ ਜਾਂਦਾ, ਉਸ ਤੋਂ ਬਾਅਦ ਜਿਹੜਾ ਮੁੰਡਾ ਹੁੰਦਾ ਉਹ ਆਪਦੇ ਪਿਓ ਨੂੰ ਨਾਲ ਉੱਧਰ ਲੈ ਜਾਂਦਾ। ਜਦੋਂ ਬਾਪੂ ਉੱਧਰ ਨਾਲ ਚਲਾ ਜਾਂਦਾ ਤਾਂ ਉੱਧਰ ਜਾ ਕੇ ਬਾਪੂ ਕੀ ਦੇਖਦਾ ਵੀ ਜਿਹੜੀ ਨੂੰਹ ਪਹਿਲਾਂ ਬਾਪੂ ਜੀ ਕਰਦੀ ਸੀ ਹੈ ਨਾ, ਜਿਹੜਾ ਮੁੰਡਾ ਪਹਿਲਾਂ ਡੈਡੀ ਜੀ ਕਰਦਾ ਸੀ ਵੀ, ਉਹ ਸਾਰੇ ਬੜੇ ਚੇਂਜ ਹੋ ਗਏ ਸੀ ਵੀ, ਬੜੇ ਉਹਨਾਂ ਦਾ ਜਿਹੜਾ ਵਿਵਹਾਰ ਸੀ ਉਹ ਬੜਾ ਬਦਲ ਚੁੱਕਿਆ ਸੀਗਾ। ਹੌਲੀ ਹੌਲੀ ਉਹਨਾਂ ਦੋਵਾਂ ਜੀਆਂ ਨੇ ਕੀ ਪਲੈਨ ਬਣਾਇਆ, ਉਹਨਾਂ ਨੇ ਇਹ ਪਲੈਨ ਬਣਾਇਆ ਵੀ ਆਪਾਂ ਹੁਣ ਬਾਪੂ ਨੂੰ ਕਿਸੇ ਤਰੀਕੇ ਨਾਲ ਇੱਥੋਂ ਕੱਢੀਏ, ਵੀ ਇਹਦੇ ਕੋਲ ਆਪਾਂ ਖਹਿੜਾ ਛਡਾਈਏ, ਵੀ ਉਹ ਬੁੱਢੇ ਨੂੰ ਕਿੱਧਰ ਆਪਾਂ ਆਪਦੇ ਗੱਲ 'ਚ ਪਾ ਲਿਆ। ਇੱਕ ਦਿਨ ਕੀ ਹੁੰਦਾ ਵੀ ਜਿਹੜਾ ਮੁੰਡਾ ਹੁੰਦਾ ਉਹ ਕੰਮ 'ਤੇ ਗਿਆ ਹੁੰਦਾ, ਨੂੰਹ ਘਰ ਹੁੰਦੀ ਹੈ ਅਤੇ ਬਾਪੂ ਜੀ ਘਰ ਹੁੰਦੇ ਆ, ਤਾਂ ਨੂੰਹ ਸਹੁਰੇ 'ਤੇ ਕੀ ਇਲਜ਼ਾਮ ਲਾਉਂਦੀ ਆ ਕਿ ਮੇਰੇ ਸਹੁਰੇ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਜਦੋਂ ਮੁੰਡਾ ਕੰਮ ਤੋਂ ਆਉਂਦਾ, ਕੰਮ ਤੋਂ ਆਉਂਦਿਆਂ ਸਾਰ ਨੂੰਹ ਨੇ ਸਾਰਾ ਘਰ ਸਿਰ 'ਤੇ ਚੱਕ ਲੈਂਦੀ ਆ, ਤੇਰੇ ਪਿਓ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ, ਮੈਂ ਬਾਥਰੂਮ ਦੇ ਵਿੱਚ ਨਹਾਉਂਦੀ ਸੀ, ਇਹਨੇ ਆਹ ਕੀਤਾ, ਉਹ ਕਿਤੇ, ਯਾਨੀ ਕਿ ਬਾਪੂ 'ਤੇ ਬੜੇ ਘਟੀਆ ਕਿਸਮ ਦੇ ਇਲਜ਼ਾਮ ਲਾਉਂਦੀ ਆ ਨੂੰਹ। ਉੱਧਰੋਂ ਮੁੜ ਕੇ ਇੱਧਰ ਫੋਨ ਕਰਦੀ ਆ ਬਾਪੂ ਦੀ ਧੀ ਨੂੰ ਵੀ ਤੇਰੇ ਪਿਓ ਨੇ ਆਹ ਕੰਮ ਕੀਤਾ, ਮੇਰੀ ਇੱਜ਼ਤ ਨੂੰ ਹੱਥ ਪਾਇਆ, ਮੈਂ ਚਾਹਵਾਂ ਤਾਂ ਮੈਂ ਪੁਲਿਸ ਕੰਪਲੇਂਟ ਕਰ ਸਕਦੀ ਹਾਂ, ਪਰ ਮੈਂ ਸੋਚਦੀ ਹਾਂ ਵੀ ਮੇਰਾ ਸਹੁਰਾ ਵੀ ਨਹੀਂ, ਬਜ਼ੁਰਗ ਆ, ਮੈਂ ਇਹ ਕੰਮ ਨਹੀਂ ਕਰਨਾ। ਤਾਂ ਜਿਹੜੀ ਧੀ ਹੁੰਦੀ ਆ, ਧੀ ਉਹ ਕਹਿੰਦੀ ਆ ਵੀ ਮੇਰਾ ਪਿਓ ਇਹੋ ਜਿਹਾ ਘਟੀਆ ਕੰਮ ਕਦੇ ਕਰ ਹੀ ਨਹੀਂ ਸਕਦਾ, ਕਿਉਂਕਿ ਆਪਣੇ ਪਰਿਵਾਰ ਬਾਰੇ ਹਰੇਕ ਬੰਦੇ ਨੂੰ ਪਤਾ ਹੁੰਦਾ ਸਾਡੇ ਪਰਿਵਾਰ ਦਾ ਕਿਹੜਾ ਜੀ ਕਿਹੋ ਜਿਹਾ। ਤਾਂ ਜਦੋਂ ਇੱਕ ਨੂੰਹ ਇਲਜ਼ਾਮ ਲਾ ਰਹੀ ਹੁੰਦੀ ਆ ਤਾਂ ਪੁੱਤ ਸਾਹਮਣੇ ਬੈਠਾ ਹੁੰਦਾ, ਉਹ ਪੁੱਤ ਆਪਦੇ ਪਿਓ ਦੀ ਹਮਾਇਤ ਲਈ ਇੱਕ ਸ਼ਬਦ ਵੀ ਨਹੀਂ ਬੋਲਦਾ। ਤਾਂ ਬਾਪੂ ਜਦੋਂ ਨੂੰਹ ਦੇ ਮੂੰਹ ਚੋਂ ਗੱਲਾਂ ਸੁਣ ਰਿਹਾ ਹੁੰਦਾ ਘਟੀਆ ਕਿਸਮ ਦੀਆਂ, ਤਾਂ ਬਾਪੂ ਉੱਚੀ ਉੱਚੀ ਰੋਂਦਾ ਅਤੇ ਉਹ ਕਹਿੰਦਾ ਵੀ ਬਸ ਮੈਂ ਹੁਣ ਇੱਥੇ ਨਹੀਂ ਰਹਿਣਾ। ਜਦੋਂ ਬਾਪੂ ਇਹ ਗੱਲ ਕਹਿੰਦਾ ਮੈਂ ਇੱਥੇ ਨਹੀਂ ਰਹਿਣਾ, ਤਾਂ ਨੂੰਹ ਆਪਦੇ ਘਰਵਾਲੇ ਨੂੰ ਕਹਿੰਦੀ ਹੈ ਵੀ ਜਾਂ ਤਾਂ ਆਪਦੇ ਪਿਓ ਨੂੰ ਪੰਜਾਬ ਭੇਜ ਦੇ ਅਤੇ ਜਾਂ ਮੈਂ ਕੁਝ ਖਾ ਕੇ ਮਰ ਜੂੰਗੀ, ਗੱਲਾਂ ਦੋ ਹੀ ਆ। ਬਾਪੂ ਖੁਦ ਹੀ ਕਹਿ ਜਾਂਦਾ ਵੀ ਨਹੀਂ, ਮੈਂ ਹੁਣ ਇੱਥੇ ਨਹੀਂ ਰਹਿਣਾ, ਮੈਂ ਮੰਗ ਕੇ ਰੋਟੀ ਖਾ ਲੂੰਗਾ, ਪਰ ਜਿਹੜਾ ਘਟੀਆ ਇਲਜ਼ਾਮ ਮੇਰੇ 'ਤੇ ਲਾਇਆ ਮੇਰੀ ਨੂੰਹ ਨੇ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ। ਚਲੋ ਜੀ, ਉਹ ਬਾਪੂ ਨੂੰ ਪਹਿਲੇ ਘਰ 'ਚੋਂ ਕੱਢਣਾ ਚਾਹੁੰਦੇ ਸੀਗੇ, ਉਸ ਕੰਮ ਦੇ ਵਿੱਚ ਉਹ ਕਾਮਯਾਬ ਹੋ ਗਏ। ਜਿਹੜਾ ਪੁੱਤ ਆ ਉਹ ਬਾਪੂ ਦੀ ਟਿਕਟ ਕਰਾ ਦਿੰਦਾ, ਥੋੜ੍ਹੇ ਦਿਨਾਂ ਬਾਅਦ ਬਾਪੂ ਵਿਚਾਰਾ ਪੰਜਾਬ ਆ ਜਾਂਦਾ। ਪੰਜਾਬ ਆਉਣ ਤੋਂ ਬਾਅਦ ਜਿਹੜਾ ਜਵਾਈ ਹੁੰਦਾ, ਜਵਾਈ ਦਿੱਲੀ 에ਅਰਪੋਰਟ 'ਤੇ ਆਪਦੇ ਸਹੁਰੇ ਨੂੰ ਰਿਸੀਵ ਕਰਨ ਲਈ ਜਾਂਦਾ ਸਪੈਸ਼ਲ ਆਪਦੀ ਗੱਡੀ ਲੈ ਕੇ। ਜਦੋਂ ਬਾਪੂ ਦਿੱਲੀ 에ਅਰਪੋਰਟ 'ਤੇ ਉਤਰਦਾ ਤਾਂ ਜਵਾਈ ਦੇ ਗੱਲ ਲੱਗ ਕੇ ਬਹੁਤ ਰੋਂਦਾ। ਤਾਂ ਉਸ ਤੋਂ ਬਾਅਦ ਜਵਾਈ ਚਲੋ ਜੀ ਕਹਿੰਦਾ ਵੀ ਡੈਡੀ ਕੋਈ ਗੱਲ ਨਹੀਂ, ਵੀ ਮੇਰਾ ਪਿਓ ਨਹੀਂ ਹੈਗਾ, ਤੁਸੀਂ ਮੇਰੇ ਪਿਓਮਾ ਵਰਗੇ ਹੋ, ਤੁਸੀਂ ਮੇਰੇ ਘਰ ਰਹਿਣਾ, ਬੇਫਿਕਰ ਜੋ ਜੋ ਹੋ ਗਿਆ ਹਵਾ ਗਿਆ, ਉਸ ਗੱਲ 'ਤੇ ਮਿੱਟੀ ਪਾ ਦਿਉ। ਉਸ ਤੋਂ ਬਾਅਦ ਚਲੋ ਜੀ ਘਰ ਆਉਂਦਾ, ਬਾਪੂ ਆਪਦੀ ਧੀ ਕੋਲ ਆਉਂਦਾ, ਚਲੋ ਜੀ ਧੀ ਵੀ ਵਿਚਾਰੀ ਰੋਂਦੀ ਹੈ, ਜਦੋਂ ਐਡਾ ਘਟੀਆ ਇਲਜ਼ਾਮ ਪਿਓ 'ਤੇ ਲੱਗਾ ਹੋਵੇ ਤਾਂ ਇੱਕ ਧੀ ਦਾ ਕਾਲਜ ਜਾਂਦਾ ਵੀ ਉਸ ਦਿਲ 'ਤੇ ਕੀ ਬੀਤਰੀ ਹੁੰਦੀ ਹੈ ਨਾ। ਚਲੋ ਜੀ ਧੀ ਵੀ ਆਪਦੇ ਪਿਓ ਨੂੰ ਗੱਲ ਨਾਲ ਲਾਉਂਦੀ ਆ, ਹੌਸਲਾ ਦਿੰਦੇ ਆ ਵੀ ਕੋਈ ਗੱਲ ਨਹੀਂ। ਜਿਹੜਾ ਬਾਪੂ ਜੀ ਆ ਉਹ ਕਹਿੰਦੇ ਵੀ ਮੈਨੂੰ ਇੱਕੋ ਗੱਲ ਦਾ ਗਿਲਾ ਸ਼ਿਕਵਾ ਵੀ ਮੇਰੇ ਤੋਂ ਜ਼ਮੀਨ ਲੈਣੀ ਸੀ ਲੈ ਲੈਂਦੇ, ਮੈਨੂੰ ਕੋਈ ਫਿਕਰ ਨਹੀਂ ਸੀ, ਕੋਈ ਟੈਨਸ਼ਨ ਨਹੀਂ ਸੀ, ਕਿਉਂਕਿ ਮੇਰੇ ਮਰਨ ਤੋਂ ਬਾਅਦ ਵੀ ਜ਼ਮੀਨ ਉਹਨਾਂ ਨੇ ਲੈਣੀ ਸੀਗੀ, ਮੈਂ ਆਪਦੇ ਪੁੱਤ ਨੂੰ ਜ਼ਮੀਨ ਦੇਣੀ ਸੀਗੀ, ਪਰ ਜਿਹੜਾ ਮੇਰੀ ਨੂੰਹ ਨੇ ਮੇਰੇ 'ਤੇ ਘਟੀਆ ਇਲਜ਼ਾਮ ਲਾਇਆ ਉਹ ਮੈਨੂੰ ਵੱਢ ਵੱਢ ਕੇ ਖਾਂਦਾ, ਦਿਨ ਰਾਤ ਮੈਨੂੰ ਅੰਦਰੋਂ ਅੰਦਰ ਹੀ ਵੱਢ ਵੱਢ ਕੇ ਖਾਂਦਾ ਵੀ ਸ਼ਾਇਦ ਜਦੋਂ ਤੱਕ ਮੈਂ ਜਿਉਂਦਾ ਰਿਹਾ ਉਹ ਇਲਜ਼ਾਮ ਮੈਨੂੰ ਵੱਢ ਵੱਢ ਕੇ ਖਾਈ ਜਾਊਗਾ, ਵੀ ਮੈਂ ਜਿਉਂਦਾ ਹੀ ਲਾਸ਼ ਬਣ ਗਿਆ ਆਪਦੀ ਨੂੰਹ ਦੇ ਮੂੰਹ 'ਚੋਂ ਇਹ ਗੱਲ ਸੁਣ ਕੇ ਵੀ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਜਿਹੜੇ ਪੁੱਤ ਨੂੰ ਕਹਿੰਦਾ ਮੈਂ ਲਾਡਾਂ ਚਾਵਾਂ ਨਾਲ ਪਾਲਿਆ, ਉਹ ਪੁੱਤ ਇੱਕ ਸ਼ਬਦ ਵੀ ਨਹੀਂ ਬੋਲਿਆ ਕਿ ਹਾਂ ਮੇਰਾ ਪਿਓ ਇਹੋ ਜਿਹਾ ਨਹੀਂ ਹੈਗਾ, ਮੇਰਾ ਪਿਓ ਇਹ ਘਟੀਆ ਕੰਮ ਕਦੇ ਕਰ ਹੀ ਨਹੀਂ ਸਕਦਾ। ਗੱਲ ਕੀ ਸੀਗੀ, ਗੱਲ ਸਿਰਫ ਇਹ ਸੀਗੀ ਕਿਉਂਕਿ ਬੇਬੇ ਦੁਨੀਆ ਤੋਂ ਚਲੀ ਗਈ ਸੀਗੀ, ਬਾਪੂ ਆਪਦੀ ਧੀ ਕੋਲ ਰਹਿ ਰਿਹਾ ਸੀਗਾ, ਪੁੱਤ ਦੇ ਦਿਲ 'ਚ ਇਹ ਲਾਲਚ ਆਇਆ ਵੀ ਹੋ ਬਾਪੂ ਦੇ ਨਾਮ ਜ਼ਮੀਨ ਆ,
ਕਿਤੇ ਉਹ ਗੱਲ ਨਾ ਹੋਵੇ ਵੀ ਸਾਰੀ ਜ਼ਮੀਨ ਮੇਰੀ ਭੈਣ ਲੈ ਜੇ, ਵੀ ਕਿਤੇ ਸਾਡਾ ਜਵਾਈ ਨਾ ਸਾਰੀ ਜ਼ਮੀਨ ਲੈ ਜੇ। ਅਤੇ ਉਹਦੇ ਦਿਲ 'ਚ ਇਹ ਗੱਲ ਸੀ, ਬਾਪੂ ਦੇ ਪੈਨਸ਼ਨ ਦੇ ਪੈਸੇ ਵੀ ਜੁੜੇ ਆ, ਰਿਟਾਇਰਮੈਂਟ ਦੇ ਪੈਸੇ ਵੀ ਜੁੜੇ ਹੋਏ ਆ। ਚਲੋ ਜੀ, ਉਹ ਬਾਪੂ ਨਾਲ ਮਿੱਠੇ ਹੋ ਗਏ, ਜ਼ਮੀਨ ਵੀ ਸਾਰੀ ਵੇਚ ਕੇ, ਰਿਟਾਇਰਮੈਂਟ ਦੇ ਪੈਸੇ ਵੀ ਸਾਰੇ ਲੈ ਗਏ, ਉਹਨਾਂ ਨੇ ਮਿੱਠੇ ਹੋ ਕੇ ਸਾਰੀ ਜ਼ਮੀਨ ਹੜੱਪਣੀ ਸੀ, ਉਹ ਹੜੱਪ ਲਈ। ਅਤੇ ਸਾਰੀ ਜ਼ਮੀਨ ਉੱਧਰ, ਪੈਸਾ ਸਾਰਾ ਉੱਧਰ ਲੈ ਗਏ, ਬਾਪੂ ਦੀ ਰਿਟਾਇਰਮੈਂਟ ਦਾ ਸਾਰਾ ਪੈਸਾ ਉੱਧਰ ਲੈ ਗਏ। ਉਸ ਤੋਂ ਬਾਅਦ ਆਪਦੇ ਪਿਓ 'ਤੇ ਘਟੀਆ ਇਲਜ਼ਾਮ ਲਾ ਤਾ, ਘਟੀਆ ਇਲਜ਼ਾਮ ਲਾ ਕੇ ਵਿਚਾਰੇ ਨੂੰ ਘਰੋਂ ਕੱਢਤਾ। ਬਾਪੂ ਜੀ ਕਹਿੰਦੇ ਮੈਨੂੰ ਇੱਕੋ ਗੱਲ ਦਾ ਗਿਲਾ ਸ਼ਿਕਵਾ ਕਿ ਮੇਰੀ ਨੂੰਹ ਨੇ ਮੇਰੇ 'ਤੇ ਘਟੀਆ ਇਲਜ਼ਾਮ ਲਾਇਆ। ਜੇ ਮੈਨੂੰ ਉਂਝ ਵੀ ਕਹਿਣ ਦੇ ਵੀ ਹਾਂ ਬਾਪੂ ਸਾਨੂੰ ਆ ਜ਼ਮੀਨ ਦੇ ਦੇ, ਅਸੀਂ ਉੱਧਰ ਜਾ ਕੇ ਘਰ ਲੈਣਾ, ਤਾਂ ਮੈਂ ਕਹਿੰਦਾ ਹੱਸਦਾ ਹੱਸਦਾ ਦੇ ਦਿੰਦਾ। ਪਰ ਉਹਨਾਂ ਨੇ ਕਹਿੰਦਾ ਮੇਰੇ ਨਾਲ ਬਹੁਤ ਵੱਡੀ ਚਾਲ ਖੇਡੀ, ਬਹੁਤ ਘਟੀਆ ਕਿਸਮ ਦੀ। ਪਰ ਜਿਹੜਾ ਮੇਰਾ ਜਵਾਈ ਆ, ਕਹਿੰਦਾ ਉਹ ਮੇਰੇ ਪੁੱਤਾਂ ਨਾਲੋਂ ਵੀ ਵੱਧ ਚੰਗਾ। ਮੇਰੀ ਪੈਨਸ਼ਨ ਆਉਂਦੀ ਆ, ਮੇਰੀ ਪੈਨਸ਼ਨ 'ਚੋਂ ਮੇਰਾ ਜਵਾਈ 1 ਰੁਪਈਆ ਵੀ ਨਹੀਂ, ਕਹਿੰਦਾ ਲੈ ਆ, 1 ਰੁਪਈਆ ਵੀ ਨਹੀਂ ਲਿਆ ਉਹਨੇ ਮੇਰੇ ਪੈਨਸ਼ਨ 'ਚੋਂ ਕਦੇ ਵੀ ਮੇਥੋਂ। ਇੱਥੋਂ ਤੱਕ ਕਿ ਜੇ ਮੈਂ ਕੋਈ ਬੁੰਮ ਢਿੱਲਾ ਮੱਠਾ ਹੁੰਦਾ, ਮੈਂ ਦਵਾਈ ਦਵਾਈ ਲਿਆਉਣੀ ਹੁੰਦੀ ਆ, ਅਤੇ ਮੇਰਾ ਜਵਾਈ ਆਪਦੀ ਜੇਬ 'ਚੋਂ ਖਰਚਾ ਕਰ ਦਿੰਦਾ, ਪਰ ਮੇਰੀ ਪੈਨਸ਼ਨ ਨਹੀਂ ਵਰਤਦਾ। ਮੇਰੀ ਪੈਨਸ਼ਨ 'ਚੋਂ ਉਹਨੇ ਕਦੇ 1 ਰੁਪਈਆ ਨਹੀਂ ਲਿਆ। ਕਦੇ ਉਸ ਕਹਿੰਦਾ ਇਨਸਾਨ ਨੇ ਕਦੇ ਇੰਨਾ ਨਹੀਂ ਮੈਨੂੰ ਪੁੱਛਿਆ ਕਿ ਬਾਪੂ ਜੀ ਤੁਹਾਡੀ ਪੈਨਸ਼ਨ ਆਉਂਦੀ ਕਿੰਨੀ ਆ। ਜੇ ਮੈਂ ਮੜ ਜਾ ਵੀ ਢਿੱਲਾ ਮੱਠਾ ਹੋ ਜਾਓ, ਮੈਨੂੰ ਨਾਲ ਦੀ ਨਾਲ ਹੋਸਪਿਟਲ ਲੈ ਕੇ ਜਾਂਦਾ, ਭਾਵੇਂ ਰਾਤ ਦਾ ਟਾਈਮ ਹੋਵੇ, ਭਾਵੇਂ ਦਿਨ ਦਾ ਹੋਵੇ, ਜੋ ਜਿੱਥੇ ਮਰਜ਼ੀ ਬੀਜੀ ਹੋਵੇ। ਕਹਿੰਦਾ ਮੇਰੇ ਪੁੱਤ ਨਾਲੋਂ ਵੀ ਵੱਧ ਸੇਵਾ ਕਰਦਾ ਮੇਰਾ ਜਵਾਈ। ਕਹਿੰਦਾ ਮੈਂ ਸੋਚਿਆ ਨਹੀਂ ਸੀਗਾ ਕਿ ਜਵਾਈ ਇੰਨੇ ਚੰਗੇ ਵੀ ਹੁੰਦੇ ਆ। ਕਹਿੰਦਾ ਮੈਂ ਅੱਜ ਕਹਿੰਦਾ ਕਿ ਰੱਬਾ ਵੀ ਮੈਨੂੰ 2 ਧੀਆਂ ਹੀ ਦੇ ਦਿੰਦਾ, ਮੈਨੂੰ ਸਬਰ ਸੀਗਾ, ਪਰ ਮੈਨੂੰ ਇਹੋ ਜਿਹਾ ਘਟੀਆ ਪੁੱਤ ਨਾ ਦਿੰਦਾ ਵੀ ਜਿਹੜੇ ਜਿਹਦੇ ਸਾਹਮਣੇ ਉਹਦੇ ਪਿਓ 'ਤੇ ਐਡਾ ਵੱਡਾ ਇਲਜ਼ਾਮ ਲੱਗ ਰਿਹਾ ਵੀ, ਅਤੇ ਉਸ ਪੁੱਤ ਨੇ 1 ਸ਼ਬਦ ਵੀ ਮੇਰੀ ਹਮਾਇਤ ਦੇ ਵਿੱਚ ਨਹੀਂ ਬੋਲਿਆ ਕਿ ਨਹੀਂ ਵੀ ਤੂੰ ਇਸ ਤਰ੍ਹਾਂ ਬਕਵਾਸ ਨਾ ਕਰ ਵੀ ਮੇਰਾ ਪਿਓ ਇਹੋ ਜਿਹਾ ਨਹੀਂ ਗਾ। ਕਿਉਂਕਿ ਉਹ ਦੋਵਾਂ ਮੀਆਂ ਬੀਬੀ ਨੇ ਰਲ ਕੇ ਪਲੈਨ ਬਣਾਇਆ ਸੀਗਾ ਕਿ ਇਸ ਬਾਪੂ ਬਜ਼ੁਰਗ ਨੂੰ ਇੱਥੋਂ ਘਰੋਂ ਕੱਢੀਏ ਕਿਵੇਂ, ਕਿਉਂਕਿ ਉਂਝ ਜੇ ਆਪਾਂ ਕੱਢ ਨਹੀਂ ਸਕਦੇ, ਜੇ ਉਂਝ ਕੱਢਾਂਗੇ ਰਿਸ਼ਤੇਦਾਰ ਗੱਲਾਂ ਕਰਨਗੇ, ਕਿਉਂ ਨਾ ਇਹੋ ਜਿਹਾ ਇਲਜ਼ਾਮ ਲਾਇਆ ਜਾਵੇ ਕਿ ਹਾਂ ਇਹਦੇ ਨਾਲ ਹਮੇਸ਼ਾ ਹਮੇਸ਼ਾ ਲਈ ਰਿਸ਼ਤਾ ਖਤਮ ਹੋ ਜਾਵੇ। ਉਹੀ ਕੰਮ ਉਹਨਾਂ ਨੇ ਕੀਤਾ। ਇਸ ਟਾਈਮ 'ਤੇ ਬਾਪੂ ਜੀ ਆਪਦੇ ਜਵਾਈ ਕੋਲ ਰਹਿ ਰਹੇ ਆ, ਬੜੇ ਵਧੀਆ ਤਰੀਕੇ ਨਾਲ ਜਵਾਈ ਉਹਦੀ ਸਾਂਭ ਸੰਭਾਲ ਕਰ ਰਹੇ ਆ। ਬਾਪੂ ਜੀ ਬਹੁਤ ਖੁਸ਼ ਨੇ ਆਪਦੇ ਦੋਹਤੇ ਦੋਹਤੀਆਂ ਨਾਲ, ਪਰ ਬਾਪੂ ਜੀ ਨੂੰ ਇੱਕੋ ਗਿਲਾ ਸ਼ਿਕਵਾ ਸਾਰੀ ਉਮਰ ਰਹੂਗਾ ਕਿ ਮੇਰੀ ਨੂੰਹ ਨੇ ਮੇਰੇ 'ਤੇ ਬਹੁਤ ਘਟੀਆ ਇਲਜ਼ਾਮ ਲਾਇਆ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਅਤੇ ਮੈਂ ਇਸ ਵੀਡੀਓ 'ਤੇ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਜਿਹੜੇ ਮਾਂ ਪਿਓ ਹੁੰਦੇ ਆ ਦੁਕਾਨਾਂ ਤੋਂ ਮੁੱਲ ਨਹੀਂ ਮਿਲਦੇ, ਇੱਕ ਪੁੱਤ ਆਪਦੇ ਪਿਓ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦਾ। ਇੱਕ ਪਿਓ ਆਪਦੇ ਪੁੱਤ ਲਈ, ਆਪਦੀ ਔਲਾਦ ਲਈ ਕੀ ਕੁਛ ਕਰਦਾ ਆਪਾਂ ਕਦੇ ਸੋਚ ਹੀ ਨਹੀਂ ਸਕਦਾ। ਕਿਉਂਕਿ ਪੈਸਿਆਂ ਨਾਲ ਵੀ ਉਹ ਅਮੀਰੀ ਬੰਦੇ ਕੋਲ ਨਹੀਂ ਹੁੰਦੀ ਜਿਹੜੀ ਪਿਓ ਦੇ ਸਿਰ 'ਤੇ ਹੁੰਦਿਆਂ ਹੁੰਦੀ ਹੈ। ਜਿਨ੍ਹਾਂ ਦੇ ਪਿਓ ਨਹੀਂ ਹੈਗੇ ਸਿਰ 'ਤੇ, ਉਹਨਾਂ ਨੂੰ ਪੁੱਛ ਕੇ ਦੇਖੋ ਪਿਓ ਕੀ ਚੀਜ਼ ਹੁੰਦਾ। ਪਰ ਕੁਝ ਕੁ ਘਟੀਆ ਇਨਸਾਨ ਪੈਸਿਆਂ ਦੇ ਲਾਲਚ ਵਿੱਚ ਆਪਦੇ ਖੂਨ ਦੇ ਰਿਸ਼ਤਿਆਂ ਨੂੰ ਵੀ ਭੁੱਲ ਚੁੱਕੇ ਆ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਹੋ ਸਕਦਾ ਉਸ ਪੁੱਤ ਕੋਲ ਇਹ ਵੀਡੀਓ ਪਹੁੰਚੀ ਤੈਨੂੰ ਦੇਖ ਕੇ ਸ਼ਰਮ ਆਵੇ ਕਿ ਮੈਂ ਕਿੰਨੀ ਘਟੀਆ ਹਰਕਤ ਕੀਤੀ ਆਪਦੇ ਪਿਓ ਨਾਲ, ਜਿਹਨੇ 1 ਰੁਪਈਆ ਜੋੜ ਕੇ 6 ਕਿੱਲਿਆਂ ਤੋਂ 10 ਕਿੱਲੇ ਜ਼ਮੀਨ ਬਣਾ ਕੇ ਦਿੱਤੀ। ਇੱਕ ਪਾਸੇ ਉਹ ਜਵਾਈ ਦੇਖੋ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਆਪਦੇ ਸਹੁਰੇ ਨੂੰ ਆਪਦੇ ਪਿਓਆਂ ਦੀ ਥਾਂ 'ਤੇ ਰੱਖੀ ਬੈਠਾ ਅਤੇ ਆਪਦੇ ਪਿਓਆਂ ਤੋਂ ਵੱਧ ਉਹਦੀ ਸੇਵਾ ਕਰ ਰਿਹਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।